ਸੰਘਰਸ਼ਾਂ ਦੇ ਵਿੱਚ ਲੜਦੇ ਜਿਹੜੇ ਇੱਥੇ ਮੇਰੇ ਵੀਰ ਭੈਣ ਮਾਤਾ ਅੱਜ ਆਏ ਨੇ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਲਗਾਤਾਰ ਆਪਣਾ ਜੋ ਪੱਕਾ ਮੋਰਚਾ ਅੱਜ 176ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਨਾਭੇ ਦੇ ਵਿੱਚ, ਪਹਿਲਾਂ ਆਪਾਂ ਬੀਜੇਪੀ ਦੇ ਘਰ ਦੇ ਅੱਗੇ ਆਪਾਂ ਨੂੰ ਕੋਈ ਇਸ ਗੱਲ ਦਾ ਕੋਈ ਮਨਾਹੀ ਨਹੀਂ, ਆਪਾਂ ਫਾਇਦੇ ਚ ਰਹਾਂਗੇ, ਜਿੱਤਾਂਗੇ। ਨਾਭੇ ਅੱਜ ਟਰੱਕ ਯੂਨੀਅਨ ਕੋਲੇ FCI ਦੇ ਦਫ਼ਤਰ ਦੇ ਅੱਗੇ ਧਰਨਾ ਲੱਗਿਆ ਹੋਇਆ। ਇਹ ਧਰਨੇ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰੇ ਜ਼ਿਲ੍ਹਾ ਪੱਧਰੇ ਲੱਗੇ ਹੋਏ ਨੇ, ਕਿਉਂਕਿ ਜਿਹੜੀ ਸਰਕਾਰ ਆ ਇਹ ਆਪਦੀ ਖਰੀਦ ਤੋਂ ਭੱਜ ਰਹੀ ਆ। FCI ਨੇ ਫਸਲ ਨੂੰ ਘੱਟ ਖਰੀਦਣ ਦਾ ਟੀਚਾ ਵੀ ਆਪਦਾ ਪ੍ਰਮਾਣਿਤ ਕੀਤਾ ਵੀ ਅਸੀਂ ਘੱਟ ਖਰੀਦਾਂਗੇ। ਦੂਜੇ ਪਾਸੇ ਜੀ ਜਨਤਕ ਪੰਡ ਪ੍ਰਣਾਲੀ ਆ, ਉਹਦਾ ਵੀ ਕੋਈ ਸਹੀ ਤਰੀਕਾ ਨਹੀਂ ਇਹਨਾਂ ਨੇ ਕੀਤਾ। ਜਿਹੜੇ ਕਾਲੇ ਕਾਨੂੰਨ ਲਾਗੂ ਹੋਏ ਨੇ, ਅਸਲੇ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਨੇ, ਉਹ ਆਪਾਂ ਲਾਗੂ ਨਹੀਂ ਹੋਣ ਦੇਣੇ। ਉਹਦੇ ਕਾਰਨ ਆਪਾਂ ਵਿਰੋਧ ਕਰਦੇ ਹਾਂ, ਕਿਉਂਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਪੂਰਾ ਮੁੱਲ ਮਿਲੇ। ਲੜਾਈ ਤਾਂ ਅਸੀਂ ਇਹ ਲੜਦੇ ਤੇ, ਪਰ ਅੱਜ ਸਾਨੂੰ ਫਿਕਰ ਹੋਇਆ ਆਪਾਂ ਕਣਕਾਂ ਵੇਚਣ ਦਾ, ਵੀ ਕਣਕਾਂ ਵੇਚਾਂਗੇ ਕਿਵੇਂ, ਸਾਡੀ ਫਸਲ ਸਾਂਭੀ ਕਿਵੇਂ ਜਾਊ। ਜਿਵੇਂ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਜਾਰੀ ਕੀਤੇ ਨੇ, ਉਹਨਾਂ ਨੂੰ ਰੱਦ ਕਰਾਉਣ ਵਾਸਤੇ 4 ਮਹੀਨਿਆਂ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਬੈਠੇ ਨੇ। ਤਕਰੀਬਨ 7 ਮਹੀਨਿਆਂ ਤੋਂ ਲੈ ਕੇ ਪੰਜਾਬ ਸੈਂਟਰ ਦੀਆਂ ਸਰਕਾਰਾਂ ਦੇ ਨਾਲ, ਪੰਜਾਬ ਦੀਆਂ ਸਰਕਾਰਾਂ ਦੇ ਨਾਲ ਮੱਥਾ ਲਾਈ ਬੈਠੇ ਨੇ, ਟੂਲ ਪਲਾਜੇ ਬੰਦ ਕਰੀ ਬੈਠੇ ਨੇ, ਸੈਲੋ ਗੋਦਾਮ ਬੰਦ ਕਰੇ ਹੋਏ ਨੇ। ਕਾਰਨ ਇਹੀ ਆ ਵੀ ਇਹ ਕਾਨੂੰਨ ਰੱਦ ਕੀਤੇ ਜਾਣ, ਪਰ ਸਰਕਾਰ ਦਾ ਜ਼ੋਰ ਲੱਗਿਆ ਮੈਂ ਕਾਨੂੰਨ ਲਾਗੂ ਕਰਨ ਵਾਸਤੇ। ਜਿਵੇਂ ਕਿ ਕੈਪਟਨ ਬੋਲਦਾ, ਮੈਂ ਕਿਸਾਨਾਂ ਦੇ ਨਾਲ ਰਹੂੰਗਾ। ਇੱਥੇ ਸਾਫ ਚਿਹਰਾ ਨੰਗਾ ਨਜ਼ਰ ਆਇਆ ਇਹਦਾ, ਜਿੱਦਣ ਤੋਂ ਸੁਰਤ ਸੰਭਲੀ ਆ, ਜਿੱਦਣ ਤੋਂ ਅਸੀਂ ਮਾਰਕੀਟ 'ਚ ਆਏ ਹਾਂ, 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਂਦੀ ਆ। ਪਰ ਅੱਜ ਕੈਪਟਨ ਨੇ ਐਲਾਨ ਕੀਤਾ ਵੀ 10 ਤਰੀਕ ਦੇ 10 ਅਪ੍ਰੈਲ ਤੋਂ ਅਸੀਂ ਖਰੀਦ ਸ਼ੁਰੂ ਕਰਾਂਗੇ। ਇੱਧਰ ਕਿਸਾਨਾਂ ਦੀ ਫਸਲ ਪੱਕ ਚੁੱਕੀ ਆ, ਕਈ ਕਿਸਾਨ ਵੀਰਾਂ ਨੇ ਕਣਕਾਂ ਵੱਢ ਕੇ ਘਰੇ ਛੱਡੀਆਂ, ਤੁਸੀਂ ਮਸ਼ੀਨਾਂ ਦੇਖ ਸਕਦੇ ਹੋ। ਉਹ ਵੀ ਸਗਵਾਲ ਸੋਸ਼ਲ ਮੀਡੀਆ ਰਾਹੀਂ ਦਿਖਾਓ ਸਰਕਾਰ ਨੂੰ, ਕੰਪੇਨਾਂ ਮਾਰੋ ਮਾਰ ਚੱਲਦੀਆਂ ਨੇ, ਕਣਕ ਵੱਢੀ ਜਾ ਰਹੀ ਆ ਅਤੇ ਸਰਕਾਰ ਮੰਡੀ 'ਚ ਖਰੀਦ ਜਾਰੀ ਨਹੀਂ ਕੀਤੀ, ਸ਼ੁਰੂ ਨਹੀਂ ਕੀਤੀ। ਅਤੇ ਅੱਜ ਸਾਨੂੰ ਫਿਕਰ ਪਿਆ ਵੀ ਕਿਸਾਨ ਦੀ ਫਸਲ ਦਾ ਬਣੂ ਤਾਂ ਬਣੂ ਕੇ, ਇਹ ਸੋਚਣ ਦੀ ਲੋੜ ਆ। ਇੱਥੋਂ ਕੈਪਟਨ ਦਾ ਲੰਗਾ ਚਿਹਰਾ ਇੱਡਾ ਸਾਫ ਆ ਵੀ ਮੋਦੀ ਦਾ ਨਾਂ ਰਲਿਆ ਹੋਇਆ, ਮੋਦੀ ਦੇ ਕਾਨੂੰਨਾਂ ਨੂੰ ਛੇਤੀ ਲਾਗੂ ਕਰਨਾ ਚਾਹੁੰਦਾ, ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦਾ। ਇਹ ਜਿਹੜੇ ਲੋਕ ਯਕੀਨ ਕਰਦੇ ਨੇ ਸਰਕਾਰਾਂ ਤੇ, ਸਿਆਣੇ ਕਹਿੰਦੇ ਹੁੰਦੇ ਤੇ ਹਾਥੀ ਦੇ ਦੰਦ ਖਾਣ ਦੇ ਹੋਰ ਨੇ, ਦਿਖਾਉਣ ਦੇ ਹੋਰ ਨੇ। ਆ ਕੈਪਟਨ ਨੇ ਇਹ ਕਰਕੇ ਦਿਖਾਇਆ, ਕਦੇ ਜੀ ਨਹੀਂ ਅਸੀਂ 20 ਤਰੀਕ ਤੋਂ ਪਹਿਲਾਂ ਨਹੀਂ ਲਾਉਣ ਦਿੰਦੇ, ਕਣਕ ਅਸੀਂ 10 ਤਰੀਕ ਤੋਂ ਪਹਿਲਾਂ ਨਹੀਂ ਖਰੀਦਣੀ। ਇਸ ਮੋਰਚ ਅਸੀਂ ਉਰੇ ਬੈਠੇ ਆ, ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅੱਜ ਤੋਂ ਖਰੀਦ ਸ਼ੁਰੂ ਕੀਤੀ ਜਾਵੇ। ਸਾਡੀ ਖਰੀਦ ਤਾਂ 1 ਤਰੀਕ ਤੋਂ ਸ਼ੁਰੂ ਹੋਈ ਸੀਗੀ, ਪਰ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ, ਕਿਉਂਕਿ ਉੱਪਰੋਂ ਮੌਸਮ ਖਰਾਬ ਆ, ਕਿਸਾਨਾਂ ਨੂੰ ਮੌਸਮ ਦੀ ਵੀ ਮਾਰ ਪੈ ਸਕਦੀ ਆ, ਤੇ ਸਰਕਾਰਾਂ ਦੀਆਂ ਮਾਰਾਂ ਤਾਂ ਸਾਨੂੰ ਸਦਰੀ ਪੈਂਦੀਆਂ ਨੇ, ਰੇਟ ਇਹਨਾਂ ਨੇ ਨਹੀਂ ਦੇਣਾ, ਲੋਕਾਂ ਨੂੰ ਲੁੱਟਣਾ ਹੀ ਆ। ਇਸ ਕਰਕੇ ਦੁਬਾਰਾ ਫੇਰ ਅਸੀਂ ਅਪੀਲ ਕਰਦੇ ਹਾਂ ਕਿ ਅੱਜ ਤੋਂ ਖਰੀਦ ਸ਼ੁਰੂ ਕੀਤੀ ਜਾਵੇ, ਖਰੀਦ ਦੇ ਪੂਰੇ ਮਜ਼ਬੂਤ ਇੰਤਜ਼ਾਮ ਕੀਤੇ ਜਾਣ,
ਬਾਰਦਾਨੇ ਦਾ ਇੰਤਜ਼ਾਮ ਕੀਤਾ ਜਾਵੇ ਤੇ ਸਹੀ ਟਾਈਮ ਤੇ ਜਿਹੜੀ ਬੋਲੀ ਆ ਉਹ ਹੋਈ ਕਰੀ ਜਾਵੇ। ਇੱਕ ਦੂਜੇ ਪਾਸੇ ਸਰਕਾਰ ਨੇ ਇੱਕ ਹੋਰ ਸਾਡਾ ਧੋਖਾ ਕੀਤਾ, ਜਿਹੜੀ ਕਿ ਅਸੀਂ 14 ਮੌਚਰ ਦੀ ਕਣਕ ਦਿੰਦੇ ਹਾਂ, ਇਹ ਕਹਿੰਦੇ 12 ਮੌਚਰ ਦੀ ਲਵਾਂਗੇ। ਜੇ ਆਹ ਕਣਕ ਨੂੰ ਵੱਧ ਕੇ ਇੱਕ ਸਾਲ ਵਾਸਤੇ ਘਰੇ ਰੱਖ ਲਈਏ ਫਿਰ ਵੀ 12 ਮੌਚਰ ਨਹੀਂ ਆਊਗਾ। ਚੈੱਕ ਕਰ ਲੈਣਾ, ਇਹ ਘਰੇ ਕੋਠੀਆਂ 'ਚ ਬਹਿ ਕੇ ਦਫ਼ਤਰਾਂ 'ਚ ਬਹਿ ਕੇ ਕਾਨੂੰਨ ਬਣਾ ਲੈਂਦੇ ਨੇ। ਇਹ ਖੇਤ ਕਣਕ ਵੱਢ ਕੇ ਦੇਖ ਲੈਣੇ ਵੀ ਕਣਕ ਸੁੱਕਦੀ ਕਹਿੰਦਾ, ਕਣਕ ਪੱਕਦੀ ਕਹਿੰਦਾ, ਕੋਈ ਕਿਸਾਨ ਕਾਬਲਾ ਨਹੀਂ ਹੈਗਾ ਜਿਹੜਾ ਕਿਸਾਨ ਨੂੰ ਕਣਕ ਨੂੰ ਕੱਚੀ ਵੱਢ ਕੇ ਲੈ ਆਊਗਾ ਜਾਂ ਹਰੀ ਵੱਢ ਕੇ ਲੈ ਆਊਗਾ। ਜਾਣ ਬੁੱਝ ਕੇ ਸਰਕਾਰ ਹੈਰਾਨ ਕਰਦੀ ਆ, ਜਾਣ ਬੁੱਝ ਕੇ ਕਿਸਾਨਾਂ ਨੂੰ ਇੰਨਾ ਤੰਗ ਕਰਦੀ ਆ ਕਿ ਆਪਣੇ ਆਪ ਜ਼ਮੀਨਾਂ ਛੱਡ ਕੇ ਭੱਜ ਜਾਣ। ਇਹ ਸਰਕਾਰ ਦੀ ਨੀਤ ਆ, ਕਿਉਂਕਿ ਜਿਹੜਾ FCI ਹੈ ਇਹਦੀ ਯਾਨੀ ਕਿ ਨੀਤ ਮੋਦੀ ਸਰਕਾਰ ਦੇ ਨਾਲ ਰਲੀ ਮਿਲੀ ਆ, ਕਿਉਂਕਿ ਇਹ ਫ੍ਰੀ ਦੇ ਦੀ ਘੱਟ ਕਰਤੇ ਕੀਤੀ ਜਾ ਰਹੀ ਆ। ਇਹਦੇ ਵਿਰੋਧ ਦੇ ਵਿੱਚ ਅਸੀਂ FCI ਦੇ ਜਿਹੜੇ ਦਫ਼ਤਰ ਨੇ ਸਾਰੇ ਪੰਜਾਬ ਦੇ ਵਿੱਚ ਘੇਰੇ ਨੇ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਫਸਲ ਆ ਕਣਕ ਦੀ ਆ ਉਹਦੀ ਪੂਰੀ ਤਰੀਕੇ ਨਾਲ ਖਰੀਦੀ ਜਾਵੇ। ਇਸ ਲਈ ਅਸੀਂ ਘਰਾਓ ਕੀਤਾ ਹੋਇਆ, ਕੋਈ ਕਿਸੇ ਤਰ੍ਹਾਂ ਦੇ ਬਾਰਦਾਨੇ ਦੀ ਕੋਈ ਸਮੱਸਿਆ ਨਾ ਆਵੇ, ਇਸ ਕਰਕੇ ਅਸੀਂ FCI ਦੇ ਦਫ਼ਤਰ ਸਾਰੇ ਪੰਜਾਬ ਦੇ ਵਿੱਚ ਘੇਰੇ ਹੋਏ ਨੇ। ਵਿਰੋਧ ਤਾਂ ਜੀ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਇਹ ਵਿਰੋਧ ਤਾਂ ਅਸੀਂ ਕਰਦੇ ਰਹਾਂਗੇ ਤੇ ਆਉਣ ਵਾਲੀ ਜਿਹੜੀ 2022 ਦੀ ਆ ਉਹ ਅਸੀਂ ਮੰਤਰੀ ਨੂੰ ਪੁੱਛਾਂਗੇ ਕਿ ਸਾਡਾ ਇਹ 4-4.5 ਸਾਲ 'ਚ ਕੀਤਾ ਕੀ ਆ। ਜਿਹੜੇ ਸਾਡੇ ਝੂਠੇ ਲਾਰੇ ਲਾਏ ਜਾ ਰਹੇ ਨੇ, ਲਾਰੇ 'ਚ ਫਸਾਏ ਜਾ ਰਹੇ ਨੇ ਲੋਕ ਫਾਂਸੀਆਂ ਦੇ ਰਸਤੇ ਚੁੰਮ ਰਹੇ ਨੇ। ਕੈਪਟਨ ਕਹਿੰਦਾ ਸੀ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਕਿਸੇ ਦਾ ਕਰਜ਼ਾ ਮਾਫ਼ ਨਹੀਂ ਕੀਤਾ ਇਹਨਾਂ ਨੇ। ਅਸੀਂ ਘੇਰਾਂਗੇ, ਦਿੱਲੀ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਵੀ ਘੇਰਾਂਗੇ।